सजनों मित्रों तबेलियो अस्सलाम वालेकुम, मैं हूं सजाद महमूद और आप देख रहे हैं पीके विलेज लाइव। पीके विलेज लाइव की नई वीडियो में आप सबको खुशामदीद। आज की वीडियो में मैं आपके साथ देहात की बहुत ही अच्छी खूबी शेयर करने वाला हूं। हमारे इलाके में देहात में लोग एक दूसरे की बहुत हेल्प करते हैं बिना किसी मतलब के, बिना किसी लालच के। तो चलिए दोस्तों आज की वीडियो स्टार्ट करते हैं। ਬਲਕੋ ਪੁੱਠੇ ਜਵਾ ਮਾਰੇ ਸਿਰ ਤੇ ਹਲਾ ਹਲਾ ਆਂਦਾ ਪਿਆ ਆ ਬਾਜਾ ਸਿਰ ਤੇ ਪੁੱਠੇ ਰਖਾਂ ਬਿਆ ਅੱਲਾ ਦਾ ਕਰਮ ਕੀ ਹਾਲ ਸਾਜ ਅਸਲਾਮ ਵਾਲੇਕੁਮ ਸਲਾਮ ਹੋ ਸਾਜ ਵੀ ਅਸਾਂ ਠੀਕ ਹੀ ਅੱਲਾ ਦਾ ਕਰਮ ਸਾਜ ਅੱਛਾ ਇੱਕ ਮੈਂ ਤਾਂ ਕੇ ਪੁੱਠੇ ਕੱਪਿੰਗ ਜੀ ਬਾਤ ਨਹੀਂ ਨਾ ਜੀ ਆ ਜਾਏ ਬਾਤ ਨਹੀਂ ਵੈਨਾ ਰਾਜੀ ਵਾਸਤੇ ਅੱਛਾ ਤੇ ਦਾਤ ਤੇ ਕਿ ਸ਼ੌਂਕ ਦਾ ਖਾਣੇ ਬੜ ਕੋਲ ਬਾਤ ਹੋ ਹੈ ਨਾ ਦਾਤ ਰੱਖੀ ਜੀ ਆ ਦਾਤ ਰੱਖੀ ਚਲੋ ਖਾ ਵੇ ਮੋਖਾ ਕਰ ਸੋਏ ਦਾਤ ਰੱਖੀ ਦਾਤ ਰੱਖੇ ਤਕਰੀਬਨ 2 ਸਾਲ ਹੋ ਗਏ मतलब ਰਾਣੀ ਆਉਂਦਾ ਉਹ 13 ਮਹੀਨੇ ਸਾਲ ਦੇ ਇੱਕ ਜਾਂ ਇੱਕ ਤੇ ਕਿਹੜੀ ਰੋਤ ਚ ਹੈ ਉਹ ਮਾਂ ਉਹ ਮਾਂ ਕੋ ਦੋ ਚੋ ਵਾਲ ਦੇ ਜਾਂ ਤਾਂ ਸੀ ਆਨੇ ਨਾ ਤੇ ਰੋਜ਼ ਬੜਾ ਤਾਕਾ ਦਾ ਰਹਿੰਦਾ ਤੇ ਗਰਮ ਹੀ ਆਉਂਦਾ ਗਰਮ ਤਾਂ ਹਾਂ ਗਰਮ ਤਾਂ ਹੁੰਦੇ ਵਾਦੇ ਆ ਸ਼ੂਗਰ ਵਾਸਤੇ ਕਰਵਾ ਸ਼ੂਗਰ ਵਾਸਤੇ ਚੰਗਾ ਹੁੰਦਾ ਸ਼ੂਗਰ ਵਾਸਤੇ ਤੇ ਕਹਿੰਦੇ ਬਾਤ ਉਸ ਤੇ ਨਾ ਸ਼ੌਂਕ ਲਾ ਜਾਂ ਬਿਲਕੁਲ ਇਹਦੇ ਹੀ ਸ਼ੌਂਕ ਲਾ ਖਾਣੀ ਨਹੀਂ ਇਹਦਾ ਕੰਨ ਦਾ ਇੱਕ ਲਾ ਦੇ ਇੱਕ ਲਾ ਦੇ ਜਾਂ ਚੌਕਰੇ ਪਤਾ ਆ ਧੀਰੇ ਧੀਰੇ ਰੱਖੇ ਜਾਂ ਫਿਰ बड़ी मेहरबानी शुक्रिया बड़ी मेहरबानी।